कोरोना वायरस का कहर पूरी दुनिया से जारी है। लोग इस कारण परेशान हो रहे हैं। इस दे चलते 22 मार्च यानी कि एतवार नु देश के प्रधानमंत्री नरेंद्र मोदी द्वारा कर्फ्यू की घोषणा की गई है। सवेरे 7 बजे तो राति 9 बजे तक यह कर्फ्यू रहेगा। इस दे चलते अज अमृतसर की होलसेल की सब तो वड्डी मार्केट शहीद भगत सिंह के दुकानदारों ने भी प्रधानमंत्री के ऐलान किए गए कर्फ्यू समर्थन देते हुए कल तो 3 दिन तक दुकाना बंद रख के मोदी के इस बयान से सहमति जताई। ਮੇਰਾ ਨਾਮ ਸਰਬਜੀਤ ਸਿੰਘ ਹੈ ਜੀ। ਇਹ ਕਿਹੜੀ ਮਾਰਕੀਟ ਹੈਗੀ ਹੈ ਤੇ ਕੀ ਫੈਸਲਾ ਲਿਆ ਗਿਆ ਤੁਹਾਡੇ? ਆਈਡੀਐਚ ਮਾਰਕੀਟ ਦੇ ਸ਼ਹੀਦ ਭਗਤ ਸਿੰਘ ਮਾਰਕੀਟ ਸਾਂਝੇ ਤੌਰ ਤੇ ਫੈਸਲਾ ਲਿੱਤਾ ਗਿਆ ਹੈ ਵੀ ਮੋਦੀ ਜੀ ਦੇ ਅਨੁਸਾਰ ਜਿਨ੍ਹਾਂ ਨੇ ਉਹਨਾਂ ਨੇ ਐਤਵਾਰ ਵਾਲੇ ਦਿਨ ਬੰਦ ਦਾ ਐਲਾਨ ਕੀਤਾ ਸੀ ਤੇ ਉਸ ਨੂੰ ਸਹਿਮਤ ਰੱਖਦੇ ਹੋਏ ਸਾਡੀ ਮਾਰਕੀਟ ਨੇ ਐਤਵਾਰ, ਸੋਮਵਾਰ ਤੇ ਮੰਗਲਵਾਰ ਆਈਡੀਐਚ ਮਾਰਕੀਟ ਦੇ ਸ਼ਹੀਦ ਭਗਤ ਸਿੰਘ ਮਾਰਕੀਟ ਦੀ ਐਸੋਸੀਏਸ਼ਨ ਦੇ ਸਹਿਮਤੀ ਦੇ ਨਾਲ ਅਸੀਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਜਿਹੜਾ ਸਰਕਾਰ ਨੇ ਇਹ ਪੁਰਾਣਾ ਚਾਲੂ ਕੀਤਾ ਹੈ ਕਿਦਾਂ ਸਹੀ ਆ? ਇਹ ਬਹੁਤ ਸਹੀ ਆ ਜੀ। ਜਿਸ ਤਰ੍ਹਾਂ ਸੁਣਨ 'ਤੇ ਆ ਰਿਹਾ ਵਿਗਿਆਨਿਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਇੱਕ ਚੈਨ ਆ, ਜੇ ਇੱਕ ਚੈਨ ਆ ਚੈਨ ਟੁੱਟ ਜਾਵੇ ਤਾਂ ਉਹਦੇ ਨਾਲ ਜਿਹੜਾ ਕਰੋਨਾ ਵਾਇਰਸ ਦਾ ਵਧਣਾ ਵਾ ਉਹ ਘੱਟ ਜਾਏਗਾ। ਬਹੁਤ ਸਹੀ ਤਰੀਕਾ ਹੈ, ਬਹੁਤ ਸਹੀ ਸੁਝਾਅ ਆ ਸਰਕਾਰ ਦਾ। ਮੇਰੇ ਹਿਸਾਬ ਨਾਲ ਇਹ ਬਿਲਕੁਲ ਅਤੇ ਸਭ ਤੋਂ ਵਧੀਆ ਤਰੀਕਾ ਇਹੀ ਆ ਜੀ। ਜਨਤਾ ਨੂੰ ਕੀ ਅਪੀਲ ਕਰਦੇ? ਜਨਤਾ ਨੂੰ ਇਹੀ ਅਪੀਲ ਆ ਜੀ, ਆਪਣੇ ਘਰਾਂ ਵਿੱਚ ਰਹੋ, ਸੇਫ ਰਹੋ। ਇਹੀ ਆ, ਸਭ ਤੋਂ ਘੱਟ ਸਾਰਿਆਂ ਨਾਲ ਘੱਟ ਮਿਲੋ, ਵਰਤੋ। ਜਿੰਨਾ ਤੁਸੀਂ ਘੱਟ ਮਿਲੋ ਵਰਤੋਗੇ ਉਨਾ ਇਹ ਘੱਟ ਫੈਲੇਗਾ ਅਤੇ ਉਨਾ ਹੀ ਸਾਰੇ ਬੰਨੇ ਇਹਦਾ ਵਧਣ ਦਾ ਖਤਰਾ ਘਟੇਗਾ। ਗੁਰਜੀਤ ਸਿੰਘ ਨਾਮ ਜੀ ਮੇਰਾ ਜੀ। ਕਿਹੜੀ ਮਾਰਕੀਟ ਹੈ? ਸ਼ਹੀਦ ਭਗਤ ਸਿੰਘ ਮਾਰਕੀਟ, ਆਈਡੀਐਚ ਮਾਰਕੀਟ ਹੈ ਜੀ। ਜੀ ਮਾਰਕੀਟ ਦੇਖੋ ਜੀ, ਹੋਲਸੇਲ ਮਾਰਕੀਟ ਸਾਰੀ, 500 ਦੇ ਕਰੀਬ ਦੁਕਾਨਾਂ ਨੇ, 5 ਤੋਂ 7 ਹਜ਼ਾਰ ਵਰਕਰ ਇੱਥੇ ਕੰਮ ਕਰਦੇ ਨੇ। ਕਿਉਂਕਿ ਜਿੰਨੇ ਵੀ ਦੂਸਰੇ ਦੁਕਾਨਦਾਰ, ਫੁੱਟਕਲ ਦੁਕਾਨਦਾਰ, ਸਾਰਾ ਇੱਥੋਂ ਹੋਲਸੇਲ ਦਾ ਸਮਾਨ ਖਰੀਦਦੇ ਨੇ। ਉਹ ਜਿਸ ਦੇ ਨਾਲ ਰਸ਼ ਹੁੰਦਾ, ਅਸੀਂ ਚਾਹੁੰਦੇ ਹਾਂ ਕਿ ਮਤਲਬ ਕਿ ਰਸ਼ ਘਟੇ ਅਤੇ ਦੁਕਾਨਦਾਰ, ਮਾਰਕੀਟ ਬੰਦ ਕੀਤੀ ਜਾ ਰਹੀ ਹੈ ਤਾਂ ਕਿ ਆਪਸੀ ਸੰਪਰਕ ਘਟਾਇਆ ਜਾ ਸਕੇ। ਕਮਾਈ ਤਾਂ ਆਪਾਂ ਸਾਰਾ ਦਿਨ ਕਰਨੀ ਸਾਰੀ ਜ਼ਿੰਦਗੀ ਕਮਾਈ ਕਰਨੀ ਹੈ। ਅਸੀਂ ਆਪਣੇ ਜਿਹੜੇ ਦੇਸ਼ ਦੀ ਜਨਸੰਖਿਆ ਉਹਨਾਂ ਨਾਲ ਸੁਣਿਆ ਦੇਣਾ ਚਾਹੁੰਦੇ ਹਾਂ ਕਿ ਇਹਨੂੰ ਘਰ ਘਰ ਆਪਣੇ ਇੰਜੋਏ ਕੀਤਾ ਜਾਵੇ। ਇਹ ਜੋ ਛੁੱਟੀ ਕੀਤੀ ਜਾ ਰਹੀ ਹੈ ਆਪਣੇ ਘਰ ਪਰਿਵਾਰ ਵਾਸਤੇ ਕੀਤੀ ਜਾ ਰਹੀ ਹੈ, ਆਪਣੇ ਵਾਤਾਵਰਨ ਨੂੰ ਬਚਾਉਣ ਲਈ, ਆਪਣੇ ਦੇਸ਼ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਣ ਦੀ ਕੀਤੀ ਜਾ ਰਹੀ ਹੈ। ਐਤਵਾਰ ਦਾ ਦਿਨ ਜਿਹੜਾ, ਹਾਂਜੀ ਬਿਲਕੁਲ ਜੀ, ਅਸੀਂ ਉਹਦੇ ਉਸ ਚੀਜ਼ ਨਾਲ ਸਹਿਮਤ ਹਾਂ ਜੀ। ਅਸੀਂ ਘਰ ਰਹਿ ਕੇ ਛੁੱਟੀ ਮਨਾਵਾਂਗੇ ਜੀ। ਇਹ ਆਪਣਾ ਜੋ ਜਨਤਾ ਕਰਫਿਊ ਲੱਗਾ ਉਹਦੇ ਨਾਲ ਅਸੀਂ ਬਿਲਕੁਲ ਸਹਿਮਤ ਹੈ, ਕਰੀਏ ਜੀ। ਮੋਦੀ ਸਾਹਿਬ ਦਾ ਇੱਕ ਵੱਡਾ ਐਲਾਨ ਹੈ ਕਿ ਜਿਹੜੇ ਵਰਕਰ ਕੰਮ ਕਰਦੇ ਤਨਖਾਹਾਂ ਨਹੀਂ ਕੱਟੀਆਂ ਜਾਣਗੀਆਂ। ਕੋਈ ਤਨਖਾਹਾਂ ਨਹੀਂ ਕੱਟੀਆਂ ਜਾਣਗੀਆਂ ਜੀ। ਉਹ ਬੱਚਿਆਂ ਨੂੰ ਕੋਈ, ਸਾਨੂੰ ਕੋਈ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪਾਏਗੀ ਜੀ। ਵਾਹਿਗੁਰੂ ਜੀ ਦਾ ਦਿੱਤਾ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਜੀ। ਇਹ ਸਭ ਜੇ ਭਿਆਨਕ ਬਿਮਾਰੀ ਕੱਟੀ ਜਾਵੇ ਤਾਂ ਸਰ ਜੀ ਸਾਰਾ ਘਾਟਾ ਪੂਰਾ ਹੋ ਜਾਣਾ। ਪਬਲਿਕ ਜੇ ਅਪੀਲ ਕਰਨਾ ਚਾਹੁੰਦੇ ਆ ਕਿ ਭਾਅ ਜੀ ਬਾਹਰ ਚੀਜ਼ਾਂ ਜਾਂ ਤੁਸੀਂ ਸੁਚੇਤ ਕਰੋ, ਆਪਣੇ ਹੈਂਡ ਵਾਸ਼ ਕਰੋ, ਸੰਪਰਕ ਘੱਟ ਬਣਾਓ ਇੱਕ ਦੂਸਰੇ ਦੇ, ਜੋ ਮਤਲਬ ਕਿ ਆਪਣੇ ਪਰਿਵਾਰ ਦੇ ਵਿੱਚ ਹੀ ਟਾਈਮ ਗੁਜ਼ਾਰਾ ਕਰੋ। ਕਿਹੜੀ ਮਾਰਕੀਟ? ਆਈਡੀਐਚ ਮਾਰਕੀਟ, ਸ਼ਹੀਦ ਭਗਤ ਸਿੰਘ ਮਾਰਕੀਟ। ਅੱਜ ਤੁਸੀਂ ਕੀ ਕਰਨਾ ਚਾਹੁੰਦੇ, ਕੀ ਕਰਨਾ? ਹਾਂਜੀ ਐਤਵਾਰ, ਸੋਮਵਾਰ ਅਤੇ ਮੰਗਲਵਾਰ ਮਾਰਕੀਟ ਬੰਦ ਰਹੇਗੀ। ਹਾਂਜੀ, ਕਿਸ ਵਜ੍ਹਾ ਨਾਲ? ਕਰੋਨਾ ਵਾਇਰਸ ਕਰਕੇ ਜੀ। ਇਹ ਮੋਦੀ ਜੀ ਨੇ ਚੱਲ ਜਿਹੜਾ ਕਰਫਿਊ ਦਾ ਦਿੱਤਾ ਸੀ, ਬਹੁਤ ਵਧੀਆ ਜੀ। ਸਾਰਿਆਂ ਨੂੰ ਘਰ ਬਹਿਣਾ ਚਾਹੀਦਾ ਵਾ, ਹਫ਼ਤਾ 10 ਦਿਨ ਛੁੱਟੀ ਕਰੋ। ਹਾਲੀ ਐਤ, ਸੋਮ, ਮੰਗਲ 3 ਦਿਨ ਬੰਦ ਹੈ। ਜੇ ਅੱਗੇ ਅਸੀਂ ਵਧਾਇਆ ਤਾਂ ਕੀ ਪਤਾ ਆਪਾਂ ਹੋਰ ਅੱਗੇ ਵਧਾ ਕੇ ਛੁੱਟੀਆਂ ਕਰ ਦਈਏ। ਕਾਫੀ ਰਸ਼ ਹੁੰਦਾ ਇੱਥੇ? ਹਾਂਜੀ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਇੱਥੇ। ਟੋਟਲ ਕਿੰਨੀਆਂ ਦੁਕਾਨਾਂ ਨੇ, ਕਿੰਨੇ ਕੁ ਲੋਕ ਇੱਥੇ ਕੰਮ ਕਰਦੇ ਨੇ? ਇੱਥੇ ਟੋਟਲ ਜਿਹੜੀ 400 ਦੁਕਾਨ ਹੈ ਜੀ ਪੂਰੀ ਮਾਰਕੀਟ ਦੇ ਵਿੱਚ, ਆਈਡੀਐਚ ਅਤੇ ਸ਼ਹੀਦ ਭਗਤ ਸਿੰਘ, ਸਾਰੀ ਮਾਰਕੀਟ ਅਜੇ ਇਕੱਠੀ ਹੋਈ ਹੈ ਜੀ। ਸਾਰਿਆਂ ਨੇ ਸਾਈਨ ਵਗੈਰਾ ਕਰਤੇ ਨੇ ਅਤੇ ਜਿਹਦੇ ਕਰਕੇ ਐਤਵਾਰ, ਸੋਮਵਾਰ ਅਤੇ ਮੰਗਲਵਾਰ 3 ਦਿਨ ਮਾਰਕੀਟ ਪੂਰੀ ਬੰਦ ਰਹੇਗੀ। ਪੂਰੇ ਵਰਕਰ ਘਰ ਰੈਸਟ ਕਰਨਗੇ ਔਰ ਦੁਕਾਨਦਾਰ ਵੀ ਸਾਰੇ ਰੈਸਟ ਕਰਨਗੇ। ਅਤੇ ਅਸੀਂ ਬੇਨਤੀ ਹੈ ਕਿ ਘਰ ਬਹਿਣ ਅਤੇ ਥੋੜ੍ਹਾ ਜਿਹਾ ਛੁੱਟੀ ਦੇ, ਉਹਨਾਂ ਦੀ ਕੱਟੋਗੇ? ਹਾਂਜੀ, ਨਾ 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 ਜੀ, ਕੁਛ ਨਹੀਂ ਕੱਟਾਂਗੇ ਜੀ, ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਕੁਛ ਨਹੀਂ ਕੱਟਿਆ ਜਾਏਗਾ। ਦਿਹਾੜੀਦਾਰ ਨੂੰ ਤਾਂ ਇਹੀ ਹੈ ਕਿ ਸਾਡੀ ਜਿਹੜੀ ਦਿਹਾੜੀ ਨੰਬਰ ਜਿਹੜੀ ਹੈ ਨਾ ਜੀ, ਇੱਥੇ ਸਾਰੇ ਜਿਹੜੇ ਸੈਲਰੀ ਬੇਸ 'ਤੇ ਹੈ ਜੀ, ਦਿਹਾੜੀਦਾਰ ਕੋਈ ਨਹੀਂ ਹੈਗਾ, ਸਭ ਮੰਥਲੀ ਬੇਸ 'ਤੇ ਆ। ਜੋ ਵੀ ਹੈ, ਸਭ ਤੋਂ ਪਹਿਲੇ ਸਿਹਤ ਜ਼ਰੂਰੀ ਹੈ ਜੀ, ਔਰ ਤੋਂ ਬਾਅਦ ਸਿਹਤ ਸਹੀ ਹੈ ਅਤੇ ਸਰਕਾਰ ਉਪਰਾਲਾ ਹੋਰ ਕੋਈ ਕਰਦੀ ਅਤੇ ਸਰਕਾਰ ਨਾਲ ਸਹਿਮਤ? ਤੁਹਾਡਾ ਸਮਰਥਨ ਕਿਸ ਤਰ੍ਹਾਂ ਦਾ? ਸਾਡਾ ਸਭ ਕੁਝ ਸਹਿਮਤੀ ਹੈ ਜੀ, ਅੱਜ ਸਹਿਮਤੀ ਦੇ ਨਾਲ ਹੀ ਅਸੀਂ ਮਾਰਕੀਟ ਸਾਰੀ ਇਕੱਠੀ ਹੋਈ ਹੈ ਜੀ, ਸਾਡੇ ਸਾਰੇ ਦੁਕਾਨਦਾਰ ਇਕੱਠੇ ਹੋਏ ਆ ਜੀ, ਜਿਹਦੇ ਕਰਕੇ ਅਸੀਂ 3 ਦਿਨ ਮਾਰਕੀਟ ਬੰਦ ਰੱਖਾਂਗੇ। ਅੰਮ੍ਰਿਤਸਰ ਤੋਂ ਤਰਨਵੀਰ ਗਿੱਲ ਦੀ ਰਿਪੋਰਟ, ਦਾ TVNRI।